ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਗਿਰਬ ਸੂਦਾ ਜਲ ਪਵਨ ਜਾਏ ਕੋ ਇੱਕ ਸਾਧ ਬਚਨ ਅਟਲਾਦਾ ਦੇਖੋ ਜਿਵੇਂ ਗੁਰਬਾਣੀ ਆਖਦੀ ਆ ਕਿ ਪਹਾੜ ਵੀ ਆਪਣੀ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਸਕਦੇ ਆ ਧਰਤੀ ਵੀ ਜਿਹੜੀ ਹੈਗੀ ਆ ਇਹ ਵੀ ਜਿਹੜੀ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਸਕਦੀ ਆ। ਜਲ ਵੀ ਤੇ ਵਾਯੂ ਵੀ ਭਾਵੇਂ ਕਿ ਇਹ ਸਾਰੀਆਂ ਚੀਜ਼ਾਂ ਨਸ਼ਟ ਹੋ ਸਕਦੀਆਂ ਪਰ ਇੱਕ ਸਾਧੂ ਦਾ ਬਚਨ ਸਦਾ ਅਟੱਲ ਰਹਿੰਦਾ ਹੈਗਾ। ਅੱਜ ਦਾਸ ਇਸੇ ਹੀ ਗਰਬਾਣੀ ਦੇ ਪਰਥਾਏ ਸੰਤਮਾ ਪੁਰਖ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਜਿਨ੍ਹਾਂ ਦੀ ਮਮਾਰਕ ਰਸਨਾ ਤੋਂ ਜੋ ਵੀ ਜਿਹੜੇ ਬਚਨ ਨਿਕਲੇ ਆ ਕਿ ਮੈਂ ਸਮਾ ਆਏ ਤੇ ਸੱਚ ਹੋਏ। ਇਹਨਾਂ ਬਚਨਾਂ ਦੀ ਕੁਝ ਕੁ ਵਿਚਾਰ ਅਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਇੱਕ ਵਾਰ ਜਦ ਸੰਤਮਹ ਪੁਰਖ ਉਹਨਾਂ ਸਮਿਆਂ ਦੇ ਵਿੱਚੋਂ ਜਮਸ਼ੇਰ ਤੋਂ ਜਦ ਮਸਤੂਆਣੇ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਸੀ ਵੱਡੇ ਵੱਡੇ ਗਾਡਰ ਜਿਹੜੇ ਸੀ ਇਹ ਗਾਡਰ ਜਿਹੜੇ ਸੀਗੇ ਉਹਨਾਂ ਟਾਈਮ ਬਿਲਟੀ ਕਰਕੇ ਜਦੋਂ ਟ੍ਰੇਨ ਦੇ ਵਿੱਚ ਲਿਆਂਦੇ ਗਏ ਤੇ ਉਸ ਤੋਂ ਬਾਅਦ ਇਹ ਗਾਡਰ ਜਿਹੜੇ ਇਹ ਫਿਰ ਗੱਡਿਆਂ ਤੇ ਲੱਦ ਕੇ ਨਾ ਸੰਤ ਮਹਾਂਪੁਰਖਾਂ ਨੇ ਇੱਥੇ ਮਸਤੂਆਣੇ ਅਸਥਾਨ ਤੇ ਲਿਆਉਣੇ ਸੀਗੇ। ਉਸ ਟਾਈਮ ਫਿਰ ਸੰਗਤਾਂ ਚੇਚੇ ਤੌਰ ਤੇ ਜੜੀਆਂ ਸੀ ਆਪਣੇ ਆਪਣੇ ਘਰਾਂ ਤੋਂ ਫਿਰ ਗੱਡੇ ਲੈ ਕੇ ਗਈਆਂ ਸੀਗੀਆਂ। ਜਦ ਆਪਾਂ ਆਪਣੇ ਖੂਹਾਂ ਤੋਂ ਗੱਡੇ ਲੈ ਕੇ ਗਈਆਂ। ਇਹ ਗੱਡਰ ਬੜੇ ਭਾਰੇ ਸੀ, ਬੜੇ ਲੰਬੇ ਸੀਗੇ ਤੇ ਇੱਕ ਇੱਕ ਗੱਡੇ ਨੂੰ ਲੈਨਬਾਈ ਕਰਕੇ ਇੱਕ ਗੱਡੇ ਦੇ ਉੱਤੇ ਜਿਹੜਾ ਸੀਗਾ ਫਿਰ ਇਹ ਗੱਡਰ ਰੱਖੇਗਾ। ਜਦ ਗੱਡੇ ਲੈਣਾ ਤੇ ਲਗਾ ਕੇ ਇੱਕ ਇੱਕ ਗੱਡਰ ਇੱਕ ਇੱਕ ਗੱਡੇ ਗੱਡਿਆਂ ਦੀਆਂ ਲੈਣਾ ਤੇ ਰੱਖਿਆ ਗਿਆ ਉਸ ਤੋਂ ਬਾਅਦ ਸੰਤ ਮਹਾਂਪੁਰਖ ਜਿਹੜੇ ਸੀ ਨਾ ਇਹ ਆ ਬੀ ਇਹਨਾਂ ਗੱਡਿਆਂ ਦੇ ਨਾਲ ਤੁਰ ਕੇ ਫਿਰ ਜਦ ਮਸਤੂਆ ਨੇ ਆ ਰਹੇ ਸੀ ਰਸਤੇ ਦੇ ਵਿੱਚ ਕਿਉਂਕਿ ਰਸਤਾ ਟੇਡਾ ਮੇਡਾ ਸੀਗਾ ਤੇ ਇਸ ਕਰਕੇ ਮਹਾਂਪੁਰਖ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ ਵੀ ਆ ਜਿਹੜਾ ਸਾਹਮਣੇ ਖੇਤ ਹੈ ਤੇ ਖੇਤ ਦੇ ਵਿੱਚ ਦੀ ਗੱਡੇ ਜਿਹੜੀ ਹੈ ਉਹ ਪਾ ਲਓ ਜਦ ਮਹਾਪੁਰਖਾਂ ਦੇ ਕੈਂਡ ਤੇ ਇਹ ਜਿਹੜੇ ਸੇਵਾਦਾਰ ਨੇ ਗੱਡੀਆਂ ਦੀਆਂ ਲੈਣਾ ਜਦ ਖੇਤਾਂ ਵੱਲ ਉਹ ਜਿਹੜੀਆਂ ਮੋੜੀਆਂ ਤੇ ਖੇਤਾਂ ਵਿੱਚ ਦੀ ਜਦ ਜਾ ਰਹੇ ਸੀ ਉਸ ਟਾਈਮ ਹਨਾ ਖੇਤਾਂ ਦਾ ਇੱਕ ਮਾਲਕ ਜਿਹਦਾ ਨਾਂ ਸੀ ਕਿਸ਼ਨ ਸਿੰਘ ਇਹ ਕੁਦਰਤੀ ਕਿਸ਼ਨ ਸਿੰਘ ਦੀ ਨਜ਼ਰ ਪੈ ਗਈ ਕਿ ਸੰਤ ਮਹਾਪੁਰਖ ਬਾਬਾਤਰ ਸਿੰਘ ਨੇ ਗੱਡੀਆਂ ਦੀਆਂ ਲੈਣਾ ਸਾਡੇ ਖੇਤ ਦੇ ਵਿੱਚ ਦੀ ਪਾ ਲਈਆਂ ਹੈਗੀਆਂ ਉਹਨੇ ਦੇਖਿਆ ਉਹ ਤੋਂ ਜਰਿਆ ਨੇ ਕਿਹਾ ਉਹ ਫਟਾਫਟ ਨੱਠਾ ਆਇਆ ਤੇ ਆ ਕੇ ਨਾ ਉੱਚ ਉੱਚੀ ਬਾਬਾਤਰ ਸਿੰਘ ਹਣਾ ਨੂੰ ਇਹ ਕਹਿਣ ਲੱਗ ਪਿਆ ਕਿ ਤੁਹਾਨੂੰ ਰਾਜੇ ਮਹਾਰਾਜੇ ਸਲਾਮਾ ਕਰਦੇ ਆ ਪਰ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਤੁਸੀਂ ਜਿੰਨੇ ਵੀ ਗੱਡਿਆਂ ਦੀਆਂ ਲੈਣਾ ਮੇਰੇ ਖੇਤਾਂ ਵਿੱਚ ਦੀ ਪਾਤੀਆਂ ਹੈਗੀਆਂ ਤੇ ਮੇਰੀ ਫਸਲ ਖਰਾਬ ਕਰਨੀ ਸ਼ੁਰੂ ਕਰ ਦਿੱਤੀ ਆ ਤੇ ਤੁਸੀਂ ਇਹ ਜਿਹੜੇ ਗਾਡਰ ਹੈਗੇ ਆ ਇਹ ਦੂਸਰੀ ਸੜਕ ਤਹਣੀ ਲੈ ਕੇ ਜਾਓ ਤਾਂ ਤੇ ਇੱਥੋਂ ਦੀ ਕਿਉਂ ਮੇਰੇ ਖੇਤਾਂ ਵਿੱਚ ਦੀ ਲੈ ਕੇ ਜਾ ਰਹੇ ਆ ਜਦ ਇਹ ਨਹੀਂ ਗੱਲ ਹੋਈ ਤੇ ਬਾਬਾ ਅਤਰ ਸਿੰਘ ਹੋਣਾ ਨੇ ਬੜੀ ਹਲੀਮੀ ਨਾਲ ਬਿਨਾਂ ਉਹਦੇ ਵੱਲ ਦੇਖਿਓ ਉਤਰ ਦਿੱਤਾ ਕਹਿੰਦੇ ਭਾਈ ਤੂੰ ਕਿਉਂ ਫਿਕਰ ਕਰਦਾ ਹੈਗਾ ਤੇਰੇ ਅਸੀ ਖੇਤਾਂ ਵਿੱਚੋਂ ਦੀ ਨਹੀਂ ਜਾ ਰਹੇ ਅਸੀਂ ਤਾਂ ਛੜਕੁੱਤੋਂ ਦੀ ਜਾ ਰਹੇ ਹਾਂ ਜਦ ਇੰਨੀ ਗੱਲ ਹੋਈ ਉਹ ਕਿਸ਼ਨ ਸਿੰਘ ਜਿਹੜਾ ਸੀਗਾ ਇਸ ਗੱਲ ਦਾ ਕੋਈ ਜਵਾਬ ਨਹੀਂ ਦੇ ਸਕਿਆ ਉੱਥੇ ਦਾ ਉੱਥੇ ਹੀ ਖੜਾ ਰਹਿ ਗਿਆ ਤੇ ਮਾਪ ਪੁਰਖਾ ਗੱਡਿਆਂ ਦੀਆਂ ਲੈਣਾ ਸਮੇਤ ਇਹ ਸਾਰੇ ਗੱਡੜਾ ਲੋਡ ਕਰਕੇ ਕਿਸ਼ਨ ਸਿੰਘ ਦੇ ਖੇਤਾਂ ਦੇ ਵਿੱਚ ਦੀ ਜਿਹੜੇ ਸੀ ਮਸਤੂਆਣੇ ਪਹੁੰਚ ਗਏ ਸੀ ਜਦ ਮਸਤੂਆਣੇ ਪਹੁੰਚ ਗਏ ਸਗੇ ਹੁਣ ਜਿਹੜਾ ਕਿਸ਼ਨ ਸਿੰਘ ਦੇ ਕੰਨਾਂ 'ਇਜਾਦ ਬੋਲ ਪਏ ਕਿ ਮੈਂ ਤਾਂ ਛੜਕੁੱਤੋਂ ਦੀ ਹੀ ਜਾ ਰਿਆਂ ਹੈਗਾ ਇਹਦਾ ਮੱਥਾ ਜਿਹੜਾ ਸੀ ਕਿਸ਼ਨ ਸਿੰਘ ਦਾ ਠਣਕ ਪਿਆ ਕਿ ਸੁਣਿਆ ਸਾਧਾਂ ਦੇ ਬੋਲ ਜਿਹੜੇ ਆ ਉਹ ਕਦੀ ਬਰਥ ਨਹੀਂ ਜਾਂਦੇ ਕਿਤੇ ਉਹ ਹੀ ਗੱਲ ਨਾ ਹੋਵੇ ਕਿ ਜਿਹੜੀ ਛੜਕ ਹੈਗੀ ਉਹ ਮੇਰੇ ਖੇਤਾਂ ਵਿੱਚ ਦੀ ਬਣ ਕੇ ਨਿਕਲ ਜਾਵੇ ਤੇ ਮੇਰੇ ਖੇਤ ਦੋ ਫਾੜ ਹੋ ਜਾਣਗੇ ਇਹ ਸਾਰੀ ਜਿਵੇਂ ਪਰ ਗੱਲ ਜਿਹੜੀ ਸੀ ਮਾਪੁਰਖਾਂ ਦੀ ਨਿਕਲੀ ਉਹ ਸੱਤ ਹੋਏ ਸਮਾ ਆ ਗਿਆ ਸਰਕਾਰ ਨੇ ਇੱਕ ਨਕਸ਼ਾ ਬਣਾਇਆ ਇਸ ਨਕਸ਼ੇ ਵਿੱਚੋਂ ਇੱਕ ਰੋਡ ਕੱਢੀ ਤੇ ਜਿਹੜੀ ਕਿਸ਼ਨ ਸਿੰਘ ਦੇ ਖੇਤਾਂ ਵਿੱਚੋਂ ਦੀ ਜਿੱਥੋਂ ਦੀ ਮਹੌਪੁਰਖ ਲੰਘੇ ਸੀ ਉੱਥੋਂ ਦੀ ਛੜਕ ਬਣਾਉਣ ਦਾ ਜਿਹੜੇ ਨਕਸ਼ੇ ਪਾਸ ਹੋ ਗਏ ਜਦ ਨਕਸ਼ੇ ਪਾਸ ਹੋਏ ਉੱਥੋਂ ਦੀ ਛੜਕ ਬਣਾਉਣ ਦੇ ਤੇ ਬਸ ਫੇਗ ਗਈ ਸੀ ਜਿਆਦੇ ਛੜਕ ਬਣਾਉਣ ਲੱਗੇ ਕਿਸ਼ਨ ਸਿੰਘ ਨੂੰ ਪਤਾ ਲੱਗ ਗਿਆ ਕਿ ਇਹ ਛੜਕ ਮੇਰੇ ਖੇਤਾਂ ਨੂੰ ਪਾੜ ਕੇ ਨਿਕਲ ਰਹੀ ਆ ਫਿਰ ਕਿਸ਼ਨ ਸਿੰਘ ਨੇ ਜਿਹੜਾ ਸੀਗਾ ਬੜੀ ਸਰਕਾਰੀ ਦਵਾਰੇ ਨੱਠ ਭੱਜ ਕੀਤੀ ਵੀ ਕਿਸੇ ਤਰ੍ਹਾਂ ਇਹ ਛੜਕ ਜਿਹੜੀ ਆ ਪਿੱਛੋਂ ਮੋੜ ਕੇ ਦੂਸਰੇ ਪਾਸੇ ਦੀ ਲੰਘਾਈ ਜਾਵੇ ਪਰ ਕਿਉਂਕਿ ਸਰਕਾਰ ਨੇ ਉਸ ਟਾਈਮ ਕਿਸ਼ਨ ਸਿੰਘ ਦੀ ਇੱਕ ਨਹੀਂ ਮੰਨੀ ਤੇ ਆਖਿਆ ਕਿ ਭਾਈ ਅਸੀਂ ਰੋਡ ਬੰਗੇ ਨਹੀਂ ਕਰਨੇ ਜਿਸ ਤਰ੍ਹਾਂ ਲੋਕਾਂ ਦੀ ਜਮੀਨਾਂ ਵਿੱਚ ਦੀ ਸੜਕ ਜਾ ਰਹੀ ਇਸ ਤਰ੍ਹਾਂ ਤੇਰੀ ਜਮੀਨ ਵਿੱਚੋਂ ਵੀ ਇਹ ਸੜਕ ਜਾਊਗੀ ਇਸ ਕਰਕੇ ਹੁਣ ਇਹ ਸੜਕ ਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਸਰਕਾਰ ਦਾ ਜਿਹੜਾ ਕਰੋੜਾਂ ਰੁਪਈਆ ਹੈਗਾ ਪਿੱਛੇ ਸੜਕ ਜਿਹੜੀ ਬਣ ਰਹੀ ਹੈ ਉਹਦੇ ਉੱਤੇ ਲੱਗ ਚੁੱਕਾ ਹੈਗਾ ਬਸ ਗੱਲ ਇਹ ਕਿ ਇਸ ਕਿਸ਼ਨ ਸਿੰਘ ਜਿਹੜਾ ਸੀ ਦੰਦ ਪੀਂਦਾ ਰਹਿ ਗਿਆ ਪਰ ਫੋਣ ਨੂੰ ਮੰਨ ਜੇ ਕੋਈ ਪਛਤਾਵਾ ਹੋਇਆ ਕਿ ਬਾਬਾ ਅਤਰ ਸਿੰਘ ਹੁਣਾਂ ਦੇ ਰਸਨਾ ਤੋਂ ਨਿਕਲੇ ਹੋਏ ਬੋਲ ਕਿ ਅਸੀਂ ਸੜਕ ਉਤੋਂ ਜਾ ਰਹੇ ਹਾਂ ਕਿਵੇਂ ਇਹ ਸੜਕ ਫਿਰ ਕਿਸ਼ਨ ਸਿੰਘ ਦੇ ਖੇਤਾਂ ਨੂੰ ચીਰਦੀ ਹੋਈ ਫਿਰ ਅੱਗੇ ਵਧ ਗਈ ਤੇ ਅੱਜ ਇਹ ਜਿਹੜੀ ਜ਼ਮੀਨ ਆ ਕਿਸ਼ਨ ਸਿੰਘ ਦੀ ਇਹ ਜਿਹੜੀ ਸੀਗੀ ਇਹ ਫਿਰ ਦੋ ਫਾੜ ਹੋਈ ਆ ਇਸੇ ਤਰ੍ਹਾਂ ਇੱਕ ਵਾਰ ਸੰਤਮਾਪੁਰਖ ਬਾਬਾ ਅਤਰ ਸਿੰਘ ਜੀ ਕਿਸੇ ਪਿੰਡ ਦੇ ਵਿੱਚ ਨਾ ਦੀਵਾਨ ਲਾ ਰਹੇ ਸੀ ਜਦੋਂ ਦੀਵਾਨ ਚੱਲ ਰਿਹਾ ਸੀਗਾ ਤੇ ਆਲੇ ਦੁਆਲੇ ਪਿੰਡਾਂ ਦੀਆਂ ਜਿਹੜੀਆਂ ਸੀ ਹਜ਼ਾਰਾਂ ਸੰਗਤਾਂ ਜਿਹੜੀਆਂ ਸੀ ਉਹਨਾਂ ਸਮਿਆਂ ਦੇ ਵਿੱਚ ਦੀਵਾਨ ਸੁਣਨ ਵਾਸਤੇ ਪਹੁੰਚੀਆਂ ਜਦ ਦੀਵਾਨ ਸੁਣਨ ਵਾਸਤੇ ਪਹੁੰਚੀਆਂ ਤੇ ਇਨ੍ਹਾਂ ਦੀਵਾਨਾਂ ਦੇ ਵਿੱਚ ਸੰਤ ਮਹਾਂਪੁਰਖਾਂ ਨੇ ਇੱਕ ਬਚਨ ਜਿਹੜਾ ਸੀ ਸੰਗਤ ਨਾਲ ਸਾਂਝਾ ਕੀਤਾ ਕਹਿਣ ਲੱਗੇ ਕਿ ਅਜੋਕੇ ਸਮੇ ਨੂੰ ਦੇਖਦੇ ਹੋਏ ਜਦੋਂ ਅਸੀਂ ਆਪਣੇ ਬੱਚੇ-ਬੱਚਿਆਂ ਦੀ ਸ਼ਾਦੀ ਜਾਂ ਵਿਆਹ ਕਰਨਾ ਹੋਵੇ ਘਰਦਿਆਂ ਨੇ ਦੂਸਰੇ ਰਿਸ਼ਤੇਦਾਰਾਂ ਨਾਲ ਕੋਈ ਗੱਲਬਾਤ ਚਲਾਉਣੀ ਹੋਵੇ ਉਸ ਟਾਈਮ ਵਿਆਹ ਸ਼ਾਦੀ ਮੌਕੇ ਤੇ ਟਾਈਮ ਬੱਚੇ-ਬੱਚੀ ਨੂੰ ਵਿੱਚ ਅਗਰ ਬਿਠਾ ਲਿਆ ਜਾਵੇ ਤੇ ਇਹਨਾਂ ਦੀ ਵੀ ਰਜਮੰਦੀ ਜਿਹੜੀ ਪੁੱਛ ਲੈਣੀ ਚਾਹੀਦੀ ਹੈਗੀ ਆ ਤੇ ਤਾਂ ਜੋ ਜਿਹੜਾ ਵਿਅਹਤਾ ਜੀਵਨ ਉਹ ਸੁਖੀ ਹੋ ਸਕੇ ਜਦ ਇੰਨੀ ਗੱਲ ਹੋਈ ਤਾਂ ਉਸ ਟਾਈਮ ਜਿੰਨੇ ਵੀ ਜਿਹੜੇ ਲੋਕੀ ਸੀ ਹਨਾ ਉਹਨਾਂ ਨੇ ਬਾਬਾ ਤਰਸੂੰਧੀ ਇਸ ਗੱਲ ਦਾ ਵਿਰੋਧ ਕੀਤਾ ਕਿ ਤੁਸੀਂ ਸੰਤ ਹੋ ਕੇ ਇਹੋ ਜੀਆਂ ਗੱਲਾਂ ਕਰਦੇ ਆ ਕਿ ਬੱਚੇ-ਬੱਚੀ ਨੂੰ ਵਿੱਚ ਬਿਠਾ ਕੇ ਉਹਨਾਂ ਦੀ ਵੀ ਰਜਮੰਦੀ ਪੁੱਛ ਲੈਣੀ ਚਾਹੀਦੀ ਹੈ ਵਿਆਹ ਦੇ ਸਮੇਂ ਇਹ ਨਹੀਂ ਹੋ ਸਕਦਾ ਅਸੀਂ ਮਾਪੇ ਪਾਪਾ ਹੀ ਰਿਸ਼ਤੇਦਾਰਾਂ ਕਿ ਬੱਚੇ ਬੱਚੀਆਂ ਸਾਡੇ ਨਾਲ ਸਿਆਣੇ ਹੋ ਗਏ ਇਸ ਤਰ੍ਹਾਂ ਦੀਆਂ ਕਈ ਗੱਲਾਂ ਜਿਹੜੀਆਂ ਲੋਕਾਂ ਨੇ ਕੀਤੀਆਂ ਜਦ ਕਿਤਿਆਂ ਪਰ ਬਾਬਾ ਅਤਰ ਸਿੰਘ ਜਿਹੜੇ ਸੀ ਚੁੱਪ ਕਰਕੇ ਉਹਨਾਂ ਦੀਆਂ ਗੱਲਾਂ ਸੁਣਦੇ ਰਹੇ ਪਰ ਅਖੀਰ ਦੇ ਵਿੱਚ ਜਦ ਲੋਕਾਂ ਦਾ ਜਿਹੜਾ ਗੁੱਸਾ ਸੀਗਾ ਉਹ ਸ਼ਾਂਤ ਨਹੀਂ ਹੋਇਆ ਤੇ ਫਿਰ ਬਾਬਾ ਅਤਰ ਸਿੰਘ ਉਹਨਾਂ ਨੇ ਉਹਨਾਂ ਨੂੰ ਇਹ ਆਖਿਆ ਕਿ ਅੱਜ ਤਾਂ ਤੁਸੀਂ ਮੇਰੀ ਗੱਲ ਦਾ ਵਿਰੋਧ ਕਰ ਰਹੇ ਹੋ ਮੇਰੀ ਗੱਲ ਮੰਨ ਨਹੀਂ ਰਹੇ ਪਰ ਸਮਾਊਗਾ ਜਾਦੇ ਬੱਚੇ ਬੱਚਿਆਂ ਜਿਹੜੇ ਹਨ ਸ਼ਾਦੀ ਕਰਨ ਦੇ ਟਾਈਮ ਜਿਹੜੇ ਆਪਣੇ ਮਾਂ ਰਿਸ਼ਤੇਦਾਰਾਂ ਨੂੰ ਤੇ ਕੀ ਆਪਣੇ ਮਾਂ ਬਾਪ ਨੂੰ ਵੀ ਨਹੀਂ ਪੁੱਛਣਗੇ ਤੇ ਆਪਣੀ ਮਰਜ਼ੀ ਦੇ ਨਾਲ ਹੀ ਸ਼ਾਦੀ ਕਰਨਗੇ ਜਦ ਮਹਾਪੁਰਖਾਂ ਦੇ ਮੂੰਹੋਂ ਇਹ ਬਚਨ ਨਿਕਲਿਆ ਸੀਗਾ ਬਸ ਫੇਰ ਜਿਹੜੇ ਸੀ ਲੋਕੀ ਉਦਾਂ ਦੇ ਪਿੰਦੇ ਰਹਿ ਗਏ ਪਰ ਸੰਤ ਮਹਾਪੁਰਖ ਬਾਬਾ ਅਤਰ ਸਿੰਘ ਹੁਣਾਂ ਦੇ ਇਹ ਬੋਲ ਜਿਹੜੇ ਆ ਉਹ ਸੱਚ ਹੋਏ ਔਰ ਆਪ ਸੰਗਤਾਂ ਜਾਣ ਦੇ ਜੁੱਕ ਕੇ ਇਸ ਸਮੇਂ ਦੇ ਵਿੱਚ ਜਿਹੜੀਆਂ ਵਿਆਹ ਸ਼ਾਦੀਆਂ ਹੋਈਆਂ ਹੋ ਰਹੀਆਂ ਹੈ ਉਹ ਬੱਚੇ ਬੱਚੀਆਂ ਦੀ ਆਪਣੀ ਮਰਜ਼ੀ ਪਸੰਦ ਦੇ ਮੁਤਾਬਕ ਹੋ ਰਹੀਆਂ ਨਾ ਤਾਂ ਮਾਪਿਆਂ ਦੇ ਤਾਂ ਨਾ ਜਿਹੜੇ ਹੈਗੇ ਹੋ ਰਿਸ਼ਤੇਦਾਰਾਂ ਦੇ ਜਿਹੜੇ ਵੀ ਉਹ ਰਿਸ਼ਤੇ ਦੇਖਦੇ ਉਹਨਾਂ ਦੀ ਪਸੰਦ ਦੇ ਮੁਤਾਬਕ ਸੋ ਬਾਬਾ ਅਤਰ ਸੂਨਾ ਦੇ ਬੋਲ ਜਿਹੜੇ ਸੀਗੇ ਉਹ ਅੱਜ ਸੱਚ ਸਾਫਤ ਹੋਏ ਇਸੇ ਤਰ੍ਹਾਂ ਇੱਕ ਵਾਰ ਕਿਸੇ ਨੇ ਸੰਤ ਬਾਬਾ ਅਤਰ ਸੂਨਾ ਨੂੰ ਪੁੱਛਿਆ ਕਿ ਮਹਾਂਪੁਰਖ ਤੁਸੀਂ ਸਾਨੂੰ ਇਹ ਦੱਸੋ ਕਿ ਖਾਲਸੇ ਦੀ ਚੜ੍ਹਦੀ ਕਲਾ ਕਿਵੇਂ ਹੋਵੇ ਜਦ ਇਨੀ ਗੱਲ ਹੋਈ ਤਾਂ ਫਿਰ ਬਾਬਾ ਅਤਰ ਸੂਨਾ ਨੇ ਆਖਿਆ ਇੰਨੇ ਪਈ ਖਾਲਸੇ ਦੀ ਚੜ੍ਹਦੀ ਕਲਾ ਉਦੋਂ ਹੋਊਗੀ ਜਦੋਂ ਜਿੰਨੇ ਵੀ ਜਿਹੜੇ ਹੈਗੀਆਂ ਉਹ ਸਾਰੀਆਂ ਨਾਈਆਂ ਦੀਆਂ ਦੁਕਾਨਾਂ ਦੇ ਜਿੰਨੇ ਵੀ ਸਮਾਨ ਉਸ ਤਰ੍ਹਾਂ ਕਿੰਚੀਆਂ ਹਨ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਉਹ ਤੁਸੀਂ ਕਿਸੇ ਨਹਿਰ ਕਿਸੇ ਪਾਣੀ ਕਿਸੇ ਟੋਬੇ ਵਿੱਚ ਸਟ ਦੇਵੋਗੇ ਜਦੋਂ ਇਹ ਦੁਕਾਨਾਂ ਬੰਦ ਹੋ ਜਾਣਗੀਆਂ ਤੇ ਉਸ ਟਾਈਮ 'ਤੇ ਖਾਲਸੇ ਦੀ ਚੜ੍ਹਦੀ ਕਲਾ ਹੋਊਗੀ ਜਦ ਇਹ ਇੰਨੀ ਗੱਲ ਹੋਈ ਉਸ ਤੋਂ ਬਾਅਦ ਦੇਖੋ ਉਸ ਟਾਈਮ ਇਹ ਜਵਾਬ ਸੁਣ ਕੇ ਜਿਹੜੇ ਨਾਲ ਦੇ ਜਗਿਆਸੂ ਚੁੱਪ ਕਰ ਗਏ ਪਰ ਦੇਖੋ ਅਯੋਕੇ ਸਮੇਂ ਦੇ ਵਿੱਚ ਮਹਾਪੁਰਖਾਂ ਦੇ ਇਹ ਬਚਨ ਕਿ ਜਦ ਤੱਕ ਇਹ ਦੁਕਾਨਾਂ ਬੰਦ ਨਹੀਂ ਹੁੰਦੀਆਂ ਤਦ ਤੱਕ ਖਾਲਸੇ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ ਤੇ ਜੋ ਕੇ ਸਮਝਵੇ ਦੇਖੋ ਇਹਨਾਂ ਦੁਕਾਨਾਂ ਦੀ ਗਿਣਤੀ ਘਟਣ ਦੀ ਜਗ੍ਹਾ ਹੋਰ ਵਧੀ ਹੈ ਤੇ ਕਈ ਤਰ੍ਹਾਂ ਦੇ ਬਿਊਟੀ ਪਾਰਲਰ ਜਿਹੜੇ ਹੋਣ ਚ ਆਏ ਆ ਜਿਸ ਕਰਕੇ ਸਿੱਖੀ ਦੇ ਪਤਨ ਦਾ ਜਿਹੜਾ ਹਨ ਇਹ ਸਭ ਤੋਂ ਵੱਡਾ ਕਾਰਨ ਹੈ ਪਰ ਆਪ ਸੰਗਤਾਂ ਇਹ ਵੀ ਜਾਣਦੀਆਂ ਕਿ ਕਿਵੇਂ ਜਦ ਖੜਕੂ ਬਾਦ ਦਾ ਸਮਾਸੀ ਉਸ ਟਾਈਮ ਇਹ ਜਿਹੜੀਆਂ ਦੁਕਾਨਾਂ ਸੀਗੀਆਂ ਕਈਆਂ ਨੇ ਤੇ ਡਰਦਿਆਂ ਨੇ ਬੰਦ ਕਰ ਦਿੱਤੀਆਂ ਤੇ ਕਈਆਂ ਨੇ ਜਿਹੜੀਆਂ ਸੀ ਇਹ ਦੁਕਾਨਾਂ ਜਿਹੜੀਆਂ ਸੀ ਉਹਨਾਂ ਸਮਿਆਂ ਦੇ ਵਿੱਚ ਖੋਲਣ ਤੋਂ ਜਿਹੜੀਆਂ ਸੀਗੀਆਂ ਉਹ ਹੋਰ ਧੰਦੇ ਬਣਾ ਲਏ ਪਰ ਉਸ ਟਾਈਮ ਦੇਖੋ ਉਸ ਟਾਈਮ ਜਿਹੜੇ ਸਿੱਖੀ ਦੇ ਬੋਲ ਵਾਲੇ ਸੀਗੇ ਉਹਨਾਂ ਸਮਿਆਂ ਦੇ ਵਿੱਚ ਉਹ ਕਿੰਨੀ ਚੜ੍ਹਦੀ ਕਲਾ ਦੇ ਵਿੱਚ ਸੀਗੇ ਤਾਂਮ ਕਰਕੇ ਆਪਾਂ ਪੰਡਾ ਨਗਰਾਂ ਵਿੱਚ ਦੇਖਦੇ ਸੀ ਕਿ ਜਿਨ੍ਹਾਂ ਨੇ ਆਪਣੇ ਕੇਸ ਜਿਹੜੇ ਕਤਲ ਕੀਤੇ ਸੀਗੇ ਉਹਨਾਂ ਲੋਕਾਂ ਨੇ ਵੀ ਆਪਣੇ ਜਿਹੜੇ ਸੀ ਨਾ ਕੇਸ ਰੱਖ ਲੈ ਸੀਗੇ ਤੇ ਸਾਫ ਦਸੂਰਤ ਹੋ ਗਏ ਸੀਗੇ ਪਰ ਸਮਾਂ ਆਉਣ ਤੋਂ ਬਾਅਦ ਜਿਆਦੇ ਦੁਕਾਨਾਂ ਮੋੜ ਜਿਹੜੀਆਂ ਸੀਗੀਆਂ ਉਹ ਹੋਂਦ ਵਿੱਚ ਆਈਆਂ ਤੇ ਉਸ ਤੋਂ ਬਾਅਦ ਫਿਰ ਸਿੱਖੇ ਦੇ ਪਤਨ ਦਾ ਜਿਹੜਾ ਸੀ ਦੁਬਾਰਾ ਕਾਣ ਹੋਇਆ ਹੈਗਾ ਸੋ ਕਹਿਣ ਤੋਂ ਪਾਵੇ ਇਹ ਹੈ ਕਿ ਬਾਬਾ ਅਤਰਸੂਣਾ ਦੇ ਇੱਕ ਨਹੀਂ अनेका ਬੋਲ ਇਸ ਤਰ੍ਹਾਂ ਦੇ ਹੈ ਜਿਨ੍ਹਾਂ ਬੋਲਾਂ ਦੇ ਕਰਕੇ ਉਹ ਬੋਲ ਅੱਜ ਜਿਹੜੇ ਹੈਗੇ ਆ ਉਹ ਇਸ ਜਗ ਦੇ ਵਿੱਚ ਸੱਚ ਸਾਬਤ ਹੋ ਜਾਣ। ਜਿਵੇਂ ਇੱਕ ਵਾਰ ਬਾਬਾ ਅਤਰ ਸਿੰਘ ਹੁਣਾ ਨੇ ਉਹਨਾਂ ਸਮਿਆਂ ਦੇ ਵਿੱਚ ਲਾਹੌਰ ਤੋਂ ਦੋ ਵੱਡੀਆਂ ਦੇਗਾ ਬਣਾਈਆਂ ਲੰਗਰ ਵਾਸਤੇ। ਜਦ ਲੰਗਰ ਵਾਸਤੇ ਦੋ ਦੇਗਾ ਬਣਾਈਆਂ ਇਹ ਦੇਗਾ ਜਿਹੜੀਆਂ ਇਹ ਅੱਠ ਤੰਤਾਂ ਦੀਆਂ ਬਣ ਕੇ ਤਿਆਰ ਹੋਈਆਂ ਤੇ ਬੜੀਆਂ ਭਾਰੀਆਂ ਦੇਗਾ ਤਿਆਰ ਹੋਈਆਂ ਤੇ ਇਹ ਜਦ ਤੇਗਾਂ ਚ ਜਿਹੜੀਆਂ ਸਿੰਗਾਂ ਇਹ ਗੱਡਿਆਂ ਵਿੱਚ ਲੱਦ ਕੇ ਜਦ ਮਸਤੂਆਣੇ ਸਭ ਵਿਖੇ ਲਿਆਂਦੀਆਂ ਗਈਆਂ ਜਦ ਸੰਗਤਾਂ ਨੇ ਦੇਖਿਆ ਸਭ ਦੇ ਮਨ ਚ ਇਹ ਪ੍ਰਸ਼ਨ ਸੀਗਾ ਕਿ ਐਡੀਆਂ ਵੱਡੀਆਂ ਦੇਗਾਂ ਕੀ ਕਰਨੀਆਂ ਮਹਾਪੁਰਖਾਂ ਨੇ ਕਿਉਂਕਿ ਸੰਗਤਾਂ ਦੀ ਗਿਆਤ ਵਾਸਤੇ ਦੱਸ ਦਈਏ ਕਿ ਇੱਕ ਦੇਗ ਦੇ ਵਿੱਚ ਇੱਕ ਸਮੇਂ ਜਿਹੜੇ ਚੌਲ ਬਣਦੇ ਹੈਗੇ ਇਹ 4 ਕੁਇੰਟਲ ਚੌਲ ਪੈਂਦੇ ਆ ਉਸ ਤੋਂ ਬਾਅਦ ਫਿਰ 2 ਕੁਇੰਟਲ ਇਹਨਾਂ ਵਿੱਚ ਜਿਹੜਾ ਹੈ ਦੇਸੀ ਘਿਓ ਪੈਂਦਾ ਤੋਂ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਜਿਹੜੇ ਹਨ 80 ਪੀਪੇ ਪਾਣੀ ਦੇ ਪੈਂਦੇ ਇਸ ਤਰ੍ਹਾਂ ਇਹ ਜਿਹੜੀਆਂ ਹਨ ਇਹ ਦੇਗਾਂ ਹੈਗੀਆਂ ਇਹ ਚਾਵਲਾਂ ਦੀਆਂ ਤਿਆਰ ਹੁੰਦੀਆਂ ਹੈਗੀਆਂ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾ ਭਾਰਾ ਜੋ ਇਹਦੇ ਵਿੱਚ ਭੋਜਨ ਤਿਆਰ ਹੁੰਦਾ ਹੈਗਾ ਚਾਵਲ ਬਣਦੇ ਹੈਗੇ ਆ ਪਰ ਇੱਕ ਵੀ ਚਾਵਲ ਜਿਹੜਾ ਹਨ ਉਹ ਦੇਗ ਦੇ ਕਦੀ ਥੱਲੇ ਨਹੀਂ ਲੱਗਦਾ ਹੈਗਾ ਇਸ ਤਰ੍ਹਾਂ ਮਾਪੁਰਖਾਂ ਨੇ ਇਹ ਦੇਗਾਂ ਜਦ ਲਿਆਂਦੀਆਂ ਸੀਗੀਆਂ ਪਰ ਉਸ ਟੈਂ ਸਾਰੇ ਇਹ ਕਹਿੰਦੇ ਸੀ ਕਿ ਇਹਨਾਂ ਦੇਗਾਂ ਦੀ ਕੀ ਲੋੜ ਹੈਗੀ ਆ ਇੱਥੇ ਕਿਹੜੀ ਇੰਨੀ ਸੰਗਤ ਹੈਗੀ ਆ ਵੀ ਜਿੰਨੇ ਇੰਨਾ ਜਿਹੜਾ ਹੈਗਾ ਉਹ ਪ੍ਰਸ਼ਾਦਾ ਪਾਣੀ ਭੋਜਨ ਛਕਣਾ ਹੈਗਾ ਪਰ ਬਾਬਾ ਤਰਸੂਣ ਦੇ ਬੋਲ ਸੀ ਕਹਿੰਦੇ ਭਾਈ ਸਮਾਂ ਆਊਗਾ ਜਦ ਇਹ ਵੀ ਦੇਗਾਂ ਜਿਹੜੀਆਂ ਹੈਗੀਆਂ ਜਦ ਖਾਸੇ ਦੇ ਇਕੱਠ ਹੋਣਗੇ ਕਤਰਤਾ ਹੋਗੀ ਜੋੜ ਮਿਲੇ ਲੱਗਣਗੇ ਉਹਨਾਂ ਸਮਿਆਂ ਦੇ ਵਿੱਚ ਇਹ ਦੇਗਾਂ ਵਿੱਚ ਬਣਿਆ ਹੋਇਆ ਭੋਜਨ ਜਿਹੜਾ ਹਨ ਉਹ ਵੀ ਜਿਹੜਾ ਬਹੁਤ ਛੋਟਾ ਹੋ ਜਾਊਗਾ ਭਾਵ ਕੀ ਹੈ ਕਿ ਹੋਰ ਭੋਜ ਮਨਾਉਣ ਵਾਸਤੇ ਬਾਕੀ ਬਰਤਨਾਂ ਦੀ ਲੋਡ ਪੋਗੇ ਅੱਜ ਦੇਖਦੇ ਆ ਕਿ ਜਦ ਵੀ ਮਸਤ ਹਣੇ ਸਾਭ ਜਾਂ ਹੋਰ ਸਥਾਨਾਂ ਦੇ ਉੱਤੇ ਬੜੇ ਬੜੇ ਜੋੜ ਮੇਲੇ ਲੱਗਦੇ ਆ ਸੰਗਰਾਂਦ ਮੱਸਿਆ ਦੇ ਦਿਹਾੜਿਆਂ ਦੇ ਉੱਤੇ ਬੜੀ ਬੜੀ ਸੰਗਤ ਜਾਂਦੀ ਆ ਤੇ ਇਹ ਦੇਗਾਂ ਦੇ ਵਿੱਚ ਜਾਂਦੇ ਚੋਲ ਬਣਾਏ ਜਾਂਦੇ ਆ ਇਹ ਵੀ ਚੋਲ ਜਿਹੜੇ ਹਨ ਉਹ ਸੰਗਤ ਦੇ ਸਾਭ ਦੇ ਨਾਲ ਇਹਨਾਂ ਦੇ ਵਿੱਚ ਬਹੁਤ ਬਾਧਾ ਹੋ ਜਾਂਦਾ ਹੈਗਾ ਭਾਵੇਂ ਕਿ ਹੋਰ ਜਿਹੜੇ ਦੇਗ ਵਾ ਜਾਂ ਹੋਰ ਬਰਤਨਾਂ ਉਹਨਾਂ ਦੀ ਲੋਡ ਪੈਂਦੀ ਆ ਤਾ جا ਕੇ ਸੰਗਤ ਦੀਆਂ ਇਹਨਾਂ ਲੰਗਰਾਂ ਦੀ ਜਿਹੜੀ ਹੈ ਨਾ ਉਹ ਪੂਰਤੀ ਹੋ ਰਹੀ ਆ ਸੋ ਦੇਖੋ ਮਹਾਂਪੁਰਖਾਂ ਦੇ ਜਿਹੜੇ ਬਚਨ ਆਉਣ ਵਾਲੀ ਭਵਿੱਖ ਦੇ ਵਿੱਚ ਜੋ ਰਸਨਾ ਤੋਂ ਨਿਕਲੇ ਆ ਉਸ ਸਮਾ ਪਾ ਕੇ ਜਿਹੜੇ ਆ ਉਹ ਸੱਚ ਹੋਏ ਆ ਇਸੇ ਕਰਕੇ ਗੁਰਬਾਣੀ ਨੇ ਇਹ ਆਖਿਆ ਹੈਗਾ ਕਿ ਗੇਰ ਬਸੋਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਡਲਾਦਾ ਤੇ ਜੋ ਮਹਾਂਪੁਰਖਾਂ ਨੇ ਬਚਨ ਕੀਤਾ ਹੈ ਉਹ ਸਦਾ ਅਟਲ ਹੁੰਦਾ ਹੈਗਾ ਸੋ ਦਸ ਇਨੇ ਕੋ ਬਚਨ ਹੀ ਸੰਤ ਮਹਾਂਪੁਰਖ ਬਾਬਾ ਅਤਰਸੰਗ ਜੀ ਮਸਤੂ ਆਣੇ ਵਾਲਿਆਂ ਦੇ ਆਪ ਸੰਗਤਾਨਾਂ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਜਕਾ ਜੀ ਹੋਈਆ ਬਿਆੰਤ ਭੁੱਲਾ ਚੋਕਾਂ ਦੀ ਖਿਮਾ ਬਖਸ਼ਣੀ ਸੋ ਫਤਿਹ ਬਲਾਓ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ